ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਸਵਾਗਤ ਆ ਭੰਡਾਰੀ ਕਾਰ ਬਾਜ਼ਾਰ ਵਿੱਚ ਜੀ। ਸੋ ਭੰਡਾਰੀ ਕਾਰ ਬਾਜ਼ਾਰ ਅੱਜ ਤੁਹਾਡੇ ਲਈ ਲੈ ਕੇ ਆ ਚੁੱਕਾ ਜੀ ਵੈਨਿਊ ਦਾ ਸਟੋਕ। ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਅਤੇ ਕਰਦੇ ਹਾਂ ਵੀਡੀਓ ਸਟਾਰਟ ਜੀ। ਲਓ ਜੀ ਆ ਗਈ ਆਪਣੇ ਕੋਲ ਵੈਨਿਊ, ਸਨਰੂਫ ਵਾਲੀ ਆ ਗਈ ਹੈ ਜੀ ਵੈਨਿਊ। ਸੋ 22 ਮਾਡਲ ਆ ਜੀ ਕਾਰ, ਪੈਟਰੋਲ ਕਾਰ ਆ ਜੀ, SX ਮਾਡਲ ਆ ਜੀ। 17,000 ਗੱਡੀ ਚੱਲੀ, 10-80 ਇਹਦਾ ਰੇਟ ਲੱਗਾ ਹੋਇਆ ਅਤੇ ਤੁਹਾਨੂੰ ਵਧੀਆ ਰੇਟ 'ਤੇ ਗੱਡੀ ਦੇ ਦਾਂਗੇ। ਬਾਕੀ ਤੁਸੀਂ ਗੱਡੀ ਦਾ ਲੁੱਕ ਚੈੱਕ ਕਰ ਸਕਦੇ ਹੋ ਜੀ। ਮਾਰੋ ਨਿਗਾਹ ਮੇਰੇ ਵੀਰ ਭਰਾ। ਅਤੇ ਬਾਕੀ ਗੱਡੀ ਦਾ ਵਿਚਲਾ ਇੰਟੀਰੀਅਰ ਦੇਖ ਸਕਦੇ ਹੋ ਜੀ, ਮੈਟ ਲੱਗੇ ਹੋਏ ਆ, ਸੀਟਾਂ ਐਨ ਓਕੇ ਆ। ਬਾਕੀ ਚੱਲੀ ਹੋਈ ਤੁਹਾਡੇ ਸਾਹਮਣੇ ਆ ਜੀ, 17,474 ਚੱਲੀ ਹੋਈ ਹੈ ਜੀ। ਅਤੇ ਬਾਕੀ ਸਕਰੀਨ ਇਹਦੇ ਵਿੱਚ ਆ ਜਾਂਦੀ ਆ ਜੀ, ਅਤੇ ਸਨਰੂਫ ਇਹਦੇ ਵਿੱਚ ਆ ਜਾਂਦਾ, ਦੇਖ ਸਕਦੇ ਹੋ ਜੀ, ਨਿਗਾਹ ਮਾਰ ਸਕਦੇ ਹੋ। ਬਾਕੀ ਬੱਚੋਂ ਗੱਡੀ ਦੀ ਕੰਡੀਸ਼ਨ ਬਿਲਕੁਲ ਸਾਫ ਕਰ ਰਿਹਾ ਜੀ। ਅਤੇ ਪਿੱਛੋਂ ਵੀ ਇੱਕ ਵਾਰੀ ਗੱਡੀ ਦੀ ਲੁੱਕ ਦੇਖ ਲਓ ਜੀ, ਚੈੱਕ ਕਰ ਲਓ। ਬਾਕੀ ਨੰਬਰ ਲੱਗਾ PV08E2448, ਨੰਬਰ ਵੀ ਸੋਹਣਾ ਲੱਗਾ ਜੀ ਕਾਰ ਨੂੰ। ਮਾਰੋ ਮੇਰੇ ਵੀਰ ਭਰਾ ਨਿਗਾਹ ਜੀ। ਹੁਣ ਚੱਲਦੇ ਹਾਂ ਅਗਲੀ ਵੈਨਿਊ 'ਤੇ ਜੀ। ਲਓ ਜੀ ਆਪਣੇ ਕੋਲ ਵੈਨਿਊ ਆ ਗਈ ਆ ਜੀ, ਦੇਖ ਸਕਦੇ ਹੋ, ਫਰੰਟ ਦੇਖ ਸਕਦੇ ਹੋ ਜੀ ਗੱਡੀ ਦਾ। ਬਾਕੀ 23 ਮਾਡਲ ਆ ਜੀ ਕਾਰ, ਪੈਟਰੋਲ 'ਚ ਕਾਰ ਆ ਜੀ, 9721 ਚੱਲੀ ਹੋਈ ਹੈ ਜੀ, 11,075 ਇਹਦਾ ਰੇਟ ਲੱਗਾ ਹੋਇਆ ਜੀ। ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਦੇ ਦਾਂਗੇ। SX ਮਾਡਲ ਆ ਜੀ, ਇਹਦੇ ਵਿੱਚ ਵੀ ਸਨਰੂਫ ਆ ਜਾਂਦਾ ਜੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਕਰੋਮ ਲੱਗੀ ਹੋਈ ਹੈ ਜੀ, ਡੋਰ ਵਾਈਜ਼ਰ ਲੱਗੇ ਹੋਏ ਆ ਜੀ। ਬਾਕੀ ਵਿੱਚੋਂ ਦੇਖ ਸਕਦੇ ਹੋ ਜੀ, ਮੈਟ ਮੂਟ ਬਿਲਕੁਲ ਓਕੇ ਆ ਜੀ, ਸੀਟਾਂ 'ਤੇ ਲੈਮੀਨੇਸ਼ਨ ਵਗੈਰਾ ਚੜ੍ਹੀ ਹੋਈ ਹੈ ਜੀ, ਮੋਮ ਜਾਮਾ ਚੜ੍ਹਿਆ ਹੋਇਆ ਆ। ਬਾਕੀ ਸਕਰੀਨ ਵਿੱਚ ਲੱਗੀ ਹੋਈ ਹੈ ਜੀ ਗੱਡੀ ਦੇ। ਬਾਕੀ ਵਿੱਚੋਂ ਦੇਖ ਸਕਦੇ ਹੋ ਬਿਲਕੁਲ ਕਲੀਨ ਅਤੇ ਸਾਫ਼ ਕਾਰ ਆ ਜੀ, ਵਿੱਚ ਵੀ ਤੁਹਾਨੂੰ ਸਨਰੂਫ ਮਿਲ ਜੂਗਾ ਜੀ। ਲਓ ਜੀ ਕਰੋ ਚੈੱਕ ਮੇਰੇ ਵੀਰ ਭਰਾ, ਅਤੇ ਪੁਸ਼ ਬਟਨ ਗੱਡੀ ਸਟਾਰਟ ਹੈ ਜੀ। ਲਓ ਜੀ ਮਾਰੋ ਇੱਕ ਵਾਰੀ ਨਿਗਾਹ ਪਿੱਛੇ ਤੋਂ। ਬਾਕੀ ਨੰਬਰ ਲੱਗਾ PV21G6661, ਨੰਬਰ ਵੀ ਸੋਹਣਾ ਲੱਗਾ ਆ ਜੀ ਗੱਡੀ ਨੂੰ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਟਾਇਰ ਚੈੱਕ ਕਰ ਸਕਦੇ ਹੋ ਗੱਡੀ ਦੇ ਜੀ, ਤੁਹਾਡੇ ਸਾਹਮਣੇ ਹੀ ਹੈ ਜੀ। ਬਾਕੀ ਲੁੱਕ ਦੇਖ ਸਕਦੇ ਹੋ ਗੱਡੀ ਦੀ। ਚੱਲਦੇ ਹਾਂ ਅਗਲੀ ਵੈਨਿਊ ਵੱਲ ਜੀ। ਲਓ ਜੀ ਕਰੋ ਗੱਡੀ ਦੀ ਕੰਡੀਸ਼ਨ ਚੈੱਕ ਜੀ ਮੇਰੇ ਵੀਰ ਭਰਾ। ਇਹ ਆਪਣੇ ਕੋਲ ਵੀ ਸਨਰੂਫ 'ਚ ਆ ਗਈ ਹੈ ਜੀ, ਇਹ ਆ ਗਿਆ ਜੀ 22 ਮਾਡਲ ਪੈਟਰੋਲ ਕਾਰ ਆ ਜੀ, SX ਮਾਡਲ ਆ ਜੀ, 9,983 ਚੱਲੀ ਹੋਈ ਹੈ ਜੀ, 11,60 ਦਾ ਰੇਟ ਲੱਗਾ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦਾਂਗੇ। ਬਾਕੀ ਪੇਡ ਨੰਬਰ ਲੱਗਾ ਹੋਇਆ ਜੀ 3333, PV11-3333 ਲੱਗਾ ਹੋਇਆ ਜੀ। ਬਾਕੀ ਸੀਟ ਕਵਰ ਚੜ੍ਹੇ ਹੋਏ ਆ ਜੀ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ ਜੀ, ਪੁਸ਼ ਬਟਨ ਸਟਾਰਟ ਆ, ਮੈਨੂਅਲ 'ਚ ਕਾਰ ਆ ਜਾਂਦੀ ਆ, ਸਕਰੀਨ ਵਗੈਰਾ ਸਾਰਾ ਕੁਝ ਲੱਗਾ ਹੋਇਆ ਜੀ, ਵਿੱਚ ਮੈਟ ਵੀ ਵਿਛੇ ਹੋਏ ਆ। ਬਾਕੀ ਸੀਟਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ, ਦੇਖ ਸਕਦੇ ਹੋ ਮੇਰੇ ਵੀਰ ਭਰਾ, ਚੈੱਕ ਕਰ ਸਕਦੇ ਹੋ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ ਇੱਕ ਵਾਰ। ਬਾਕੀ ਬੈਕ ਤੋਂ ਲੁੱਕ ਚੈੱਕ ਕਰ ਸਕਦੇ ਹੋ ਜੀ, ਨੰਬਰ ਦੇਖ ਸਕਦੇ ਹੋ PV11DC3333, ਨੰਬਰ ਸੋਹਣਾ ਲੱਗਾ ਹੋਇਆ ਜੀ ਕਾਰ ਨੂੰ। ਹੁਣ ਚੱਲਦੇ ਹਾਂ ਆਪਾਂ ਅਗਲੀ ਵੈਨਿਊ ਵੱਲ ਜੀ। ਲਓ ਜੀ ਕਰੋ ਲੁੱਕ ਚੈੱਕ ਵੈਨਿਊ ਦੀ,
ਦੇਖ ਸਕਦੇ ਹੋ ਮੇਰੇ ਵੀਰ ਭਰਾ। ਲਓ ਜੀ ਆਪਣੇ ਕੋਲ 22 ਮਾਡਲ ਆ ਗਿਆ ਜੀ ਇਹ ਗੱਡੀ, SX ਮਾਡਲ ਆ, ਸਨਰੂਫ ਵਿੱਚ ਤੁਹਾਨੂੰ ਮਿਲ ਜੂਗਾ ਦੇਖ ਸਕਦੇ ਹੋ ਜੀ। ਅਤੇ ਇਹ ਡੀਜ਼ਲ ਵਿੱਚ ਕਾਰ ਆ ਗਈ ਹੈ ਜੀ, 22 ਮਾਡਲ 9852 ਚੱਲੀ ਹੋਈ ਹੈ ਜੀ, 11.65 ਇਹਦਾ ਰੇਟ ਲੱਗਾ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦਾਂਗੇ। ਸੋ ਇੱਕ ਵਾਰੀ ਗੱਡੀ ਦੇ ਵਿੱਚੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜੀ, ਇਹ ਵੀ ਤੁਹਾਨੂੰ ਮੈਨੂਅਲ 'ਚ ਕਾਰ ਮਿਲ ਜੂਗੀ ਜੀ, ਕੀ 'ਤੇ ਸਟਾਰਟ ਹੈ ਜੀ, ਬਾਕੀ ਮੈਟ ਲੱਗੇ ਹੋਏ ਆ, ਸੀਟਾਂ ਐਨ ਓਕੇ ਰਿਪੋਰਟ ਹੈ ਜੀ, ਬਾਕੀ ਸਕਰੀਨ ਵਿੱਚ ਲੱਗੀ ਹੋਈ ਆ ਦੇਖ ਸਕਦੇ ਹੋ, ਨਿਗਾਹ ਮਾਰ ਸਕਦੇ ਹੋ, ਬਾਕੀ ਸਨਰੂਫ ਵਿੱਚ ਆ ਜਾਂਦਾ ਜੀ, ਸਨਰੂਫ ਦੇਖ ਸਕਦੇ ਹੋ। ਬਾਕੀ ਕਰੋ ਗੱਡੀ ਦੀ ਕੰਡੀਸ਼ਨ ਚੈੱਕ ਮੇਰੇ ਵੀਰ ਭਰਾ। ਲਓ ਜੀ ਬਾਕੀ ਨੰਬਰ ਆ ਗਿਆ ਜੀ, PB10HT7081, ਨੰਬਰ ਵੀ ਸੋਹਣਾ ਲੱਗਾ ਹੋਇਆ ਜੀ ਗੱਡੀ ਨੂੰ, ਮਾਰੋ ਜੀ ਮੇਰੇ ਵੀਰ ਭਰਾ ਨੇਗਾ। ਬਾਕੀ ਆਪਣੇ ਕੋਲ ਸਾਰਾ ਸੈਸ਼ਨ ਵੈਨਿਊਆਂ ਦਾ ਵੈਨਿਊ ਦਾ ਲੱਗਾ ਹੋਇਆ ਜੀ। ਬਾਕੀ ਚੱਲਦੇ ਹਾਂ ਹੁਣ ਅਗਲੀ ਵੈਨਿਊ ਵੱਲ ਜੀ, ਅਲਾਇ ਟਾਇਰਾਂ ਵਾਲੀ ਆ ਗਈ ਆਪਣੇ ਕੋਲ ਵੈਨਿਊ ਜੀ, ਦੇਖ ਸਕਦੇ ਹੋ ਮਾਰੂ ਨਿਗਾਹ ਮੇਰੇ ਵੀਰ ਭਰਾ। ਇਹ ਵੀ ਤੁਹਾਨੂੰ ਦਿਖਾਉਣੀ ਕਿਹੜਾ ਮਾਡਲ ਆ ਜੀ। ਲਓ ਜੀ ਇਹ ਆ ਗਈ ਆ ਜੀ, 21 ਮਾਡਲ ਆ ਗਈ ਆਪਣੇ ਕੋਲ ਪੈਟਰੋਲ 'ਚ, 48,000 ਚੱਲੀ ਹੋਈ ਹੈ ਜੀ ਗੱਡੀ, 8.25 ਇਹਦਾ ਰੇਟ ਲੱਗਾ, ਲਾਏ ਵੀ ਲੱਗੇ, ਸੀਟ ਕਵਰ ਲੱਗੇ ਆ ਜੀ, ਡੋਰ ਵਾਈਜ਼ਰ ਲੱਗੇ, ਕਰੋਮ ਲੱਗੀ ਹੋਈ ਹੈ ਦੇਖ ਸਕਦੇ ਹੋ, ਕਰੋਮ ਮਾਰ ਸਕਦੇ ਹੋ ਨਿਗਾਹ ਜੀ। ਅਤੇ ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਮੈਟ ਮੂਟ ਲੱਗੇ ਹੋਏ ਆ ਜੀ, ਸੀਟਾਂ ਵੀ ਬਿਲਕੁਲ ਓਕੇ ਹੈ ਜੀ, ਬਾਕੀ ਸਕਰੀਨ ਲੱਗੀ ਹੈ, ਮੈਨੂਅਲ 'ਚ ਕਾਰ ਆ ਜਾਂਦੀ ਹੈ ਜੀ ਇਹ, ਅਤੇ ਬਾਕੀ ਕੀ 'ਤੇ ਸਟਾਰਟ ਹੈ ਜੀ, ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਇਹ ਵਿਦਾਊਟ ਸਨਰੂਫ ਆ ਜਾਂਦੀ ਹੈ ਜੀ। ਲਓ ਜੀ ਮਾਰੋ ਮੇਰੇ ਵੀਰ ਭਰਾ ਨੇਗਾ। ਬਾਕੀ ਅਲਾਏ ਚੈੱਕ ਕਰ ਸਕਦੇ ਹੋ ਜੀ ਗੱਡੀ ਦੇ, ਦੇਖ ਸਕਦੇ ਹੋ ਜੀ ਅਲਾਏ ਵੀ ਇਹਨੂੰ ਘੈਂਟ ਲੱਗੇ ਹੋਏ ਆ ਜੀ। ਬਾਕੀ ਪਿੱਛਿਓਂ ਨੰਬਰ ਦੇਖ ਸਕਦੇ ਹੋ ਗੱਡੀ ਦਾ, PB16F7259। ਲਓ ਜੀ ਕਰੋ ਚੈੱਕ ਬੈਕ ਤੋਂ ਵੀ ਲੁੱਕ ਇੱਕ ਵਾਰ। ਲਓ ਜੀ ਅੱਗੇ ਆਪਣੇ ਕੋਲ ਆ ਗਈ ਹੈ ਜੀ ਵੈਨਿਊ ਆਟੋਮੈਟਿਕ 'ਚ, ਜਿਹੜੇ ਮੇਰੇ ਵੀਰ ਭਰਾ ਆਟੋਮੈਟਿਕ ਚਲਾਉਣ ਦੇ ਚਾਹਵਾਨ ਆ ਜੀ। ਸੋ ਪਹੁੰਚੋ ਭੰਡਾਰੀ ਕਾਰ ਬਾਜ਼ਾਰ ਭੋਪਰ, ਇਹ ਵੀ ਤੁਹਾਨੂੰ ਦੱਸਦੇ ਹਾਂ ਜੀ, 21 ਮਾਡਲ ਆ ਗਈ ਹੈ ਜੀ ਪੈਟਰੋਲ 'ਚ, 21,775 ਗੱਡੀ ਚੱਲੀ ਹੋਈ ਹੈ ਜੀ, 10.45 ਇਹਦਾ ਰੇਟ ਲੱਗਾ ਜੀ, ਇਹ ਵੀ ਤੁਹਾਨੂੰ ਵਧੀਆ ਰੇਟ 'ਚ ਮਿਲ ਜੂਗੀ ਜੀ। ਸੋ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਇਹ ਤੁਹਾਨੂੰ ਆਟੋ 'ਚ ਕਾਰ ਮਿਲ ਜੂਗੀ ਜੀ, ਨਿਗਾਹ ਮਾਰ ਸਕਦੇ ਹੋ, ਮੈਟ ਮੂਟ ਲੱਗਾ ਜੀ, ਸੀਟਾਂ ਬਿਲਕੁਲ ਓਕੇ ਰਿਪੋਰਟ ਹੈ ਜੀ, ਬਲੂਟੁੱਥ ਵਾਲਾ ਇਹ 'ਚ ਪਲੇਅਰ ਲੱਗਾ ਹੋਇਆ ਜੀ। ਬਾਕੀ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਜੀ ਮੇਰੇ ਵੀਰ ਭਰਾ, ਨਿਗਾਹ ਮਾਰ ਸਕਦੇ ਹੋ ਗੱਡੀ ਵੱਲ। ਬਾਕੀ ਲੁੱਕ ਚੈੱਕ ਕਰ ਲਓ ਇੱਕ ਵਾਰੀ ਕਾਰ ਦੀ। ਹੁਣ ਚੱਲਦੇ ਹਾਂ ਅਗਲੀ ਵੈਨਿਊ ਵੱਲ ਜੀ। ਲਓ ਜੀ ਆਹ ਆਪਣੇ ਕੋਲ ਆ ਗਿਆ ਜੀ, ਯੂਨੀਕ ਜਿਹਾ ਕਲਰ ਆ ਗਿਆ ਆ, ਇਹ ਆ ਗਈ ਹੈ ਜੀ 22 ਮਾਡਲ ਪੈਟਰੋਲ ਦੇ ਵਿੱਚ, 12,000 ਗੱਡੀ ਚੱਲੀ ਹੋਈ ਹੈ ਜੀ, 9-10 ਇਹਦਾ ਰੇਟ ਲੱਗਾ ਜੀ, ਇਹ ਵੀ ਤੁਹਾਨੂੰ ਵਧੀਆ ਰੇਟ 'ਤੇ ਦੇ ਦਾਂਗੇ। ਸੋ 70 ਮੈਟ ਅਤੇ ਸੀਟ ਕਵਰ ਵਿੱਚ ਲੱਗੇ ਹੋਏ ਆ ਜੀ। ਬਾਕੀ ਕੰਡੀਸ਼ਨ ਗੱਡੀ ਦੀ ਤੁਹਾਡੇ ਸਾਹਮਣੇ ਆ ਜੀ, ਤੁਹਾਨੂੰ ਦਿਖਾ ਦਿੰਦੇ ਹਾਂ, ਬਲੂਟੁੱਥ ਪਰੇਅਰ ਲੱਗਾ ਜੀ, ਮੈਨੂਅਲ 'ਚ ਕਾਰ ਆ, ਕੀ 'ਤੇ ਗੱਡੀ ਸਟਾਰਟ ਹੈ ਜੀ, ਮੈਟ ਲੱਗੇ ਆ, ਸੀਟਾਂ ਵੀ ਇੱਕਦਮ ਓਕੇ ਰਿਪੋਰਟ ਹੈ ਜੀ। ਬਾਕੀ ਨਿਗਾਹ ਮਾਰ ਸਕਦੇ ਹੋ ਜੀ ਗੱਡੀ ਵਿੱਚ, ਬਾਕੀ ਟਾਇਰ ਦੇਖ ਸਕਦੇ ਹੋ ਗੱਡੀ ਦੇ ਜੀ, ਕਰੋ ਚੈੱਕ। ਲਓ ਜੀ ਅੱਗੇ ਫਿਰ ਆਪਣੇ ਕੋਲ ਆ ਗਈ ਆ ਵੈਨਿਊ, ਇੱਕ ਵਾਰੀ ਇਹਦਾ ਨੰਬਰ ਦੇਖ ਸਕਦੇ ਹੋ, PB34C4958। ਅੱਗੇ ਆਪਣੇ ਕੋਲ ਫਿਰ ਆ ਗਈ ਆ ਜੀ ਵੈਨਿਊ,
ਇਹਦਾ ਨੰਬਰ ਦੇ ਸਕਦੇ ਹੋ, PV08 ਜਲੰਧਰ ਦਾ ਨੰਬਰ ਲੱਗਾ ਹੋਇਆ, ਬਾਕੀ ਤੁਹਾਡੇ ਸਾਹਮਣੇ ਆ ਜੀ। ਸੋ ਇਹ ਵੀ ਤੁਹਾਨੂੰ ਦੱਸਦੇ ਹਾਂ ਜੀ, ਡੀਜ਼ਲ ਵਿੱਚ ਕਾਰ ਆ ਗਈ ਆ ਜੀ, SX ਮਾਡਲ, ਸਨਰੂਫ ਆ ਗਿਆ ਜੀ ਇਹਦੇ ਵਿੱਚ, ਦੇਖ ਸਕਦੇ ਹੋ ਜੀ। ਇਹ ਹੈਗਾ ਜੀ 22 ਮਾਡਲ, 32,472 ਗੱਡੀ ਚੱਲੀ ਹੋਈ ਹੈ ਜੀ, 11-15 ਇਹਦਾ ਰੇਟ ਲੱਗਾ। ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ ਦੇ ਦੇਵਾਂਗੇ ਜੀ। ਸੀਟ ਕਵਰ ਕਰੋਮ ਡੋਰ ਵਾਈਜ਼ਰ ਇੱਥੇ ਲੱਗੇ ਹੋਏ ਆ ਜੀ, ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵਿੱਚ ਦਿਖਾ ਦਿੰਦੇ ਹਾਂ ਜੀ। ਕੀ ਤੇ ਗੱਡੀ ਸਟਾਰਟ ਹੈ ਜੀ, ਮੈਟ ਮੂਟ ਵਿੱਚ ਲੱਗੇ ਆ, ਸੀਟਾਂ ਵੀ ਬਿਲਕੁਲ ਓਕੇ ਰਿਪੋਰਟ ਹੈ ਜੀ। ਬਾਕੀ ਸਕਰੀਨ ਗੱਡੀ 'ਚ ਲੱਗੀ ਹੋਈ ਹੈ ਜੀ, ਮੈਨੂਅਲ 'ਚ ਕਾਰ ਹੈ ਜੀ, ਬਾਕੀ ਨਿਗਾਹ ਮਾਰ ਸਕਦੇ ਹੋ ਕਾਰ 'ਚ ਜੀ। ਬਿਜਲੀ ਕੰਡੀਸ਼ਨ ਦੇਖ ਸਕਦੇ ਹੋ ਜੀ, ਸਨਰੂਫ ਆ ਗਿਆ ਜੀ ਇਹਦੇ ਵਿੱਚ। ਚੱਲਦੇ ਹਾਂ ਹੁਣ ਅਗਲੀ ਕਾਰ ਵੱਲ ਜੀ, ਇੱਕ ਵਾਰੀ ਇਹਦੀ ਲੁੱਕ ਦੇਖ ਲਓ ਜੀ, ਚੈੱਕ ਕਰ ਲਓ। ਲਓ ਜੀ, ਅਗਲੀ ਵੈਨਿਊ ਵੱਲ ਆ ਗਏ ਹਾਂ ਜੀ ਆਪਾਂ। ਨੰਬਰ ਦੇਖ ਸਕਦੇ ਹੋ ਗੱਡੀ ਦਾ, PV31WU6205। ਬਾਕੀ ਵਿੱਚੋਂ ਦੇਖ ਸਕਦੇ ਹੋ ਜੀ, ਕੰਡੀਸ਼ਨ ਗੱਡੀ ਦੀ ਦੇਖ ਸਕਦੇ ਹੋ ਜੀ। ਬਾਕੀ ਤੁਹਾਨੂੰ ਦੱਸ ਦਿੰਦੇ, 21 ਮਾਡਲ ਆ ਜੀ ਇਹ, ਪੈਟਰੋਲ ਕਾਰ ਆ ਜੀ, 33,000 ਗੱਡੀ ਚੱਲੀ ਹੋਈ ਹੈ, 33,400 ਕਿਲੋਮੀਟਰ ਚੱਲੀ ਹੈ ਜੀ, 8-10 ਇਹਦਾ ਰੇਟ ਲੱਗਾ ਜੀ। ਬਾਕੀ 7D ਮੈਟ, ਮਿਊਜ਼ਿਕ ਪਲੇਅਰ, ਸਪੀਕਰ, ਅਲੋਏ ਵੀਲ, ਸੀਟ ਕਵਰ, ਮੈਟਿੰਗ, ਡੋਰ ਵਾਈਜ਼ਰ ਸਾਰਾ ਕੁਛ ਇਹ 'ਚ ਲੱਗਾ ਹੋਇਆ ਜੀ। ਅਲੋਏ ਤੁਹਾਡੇ ਸਾਹਮਣੇ, ਅਲੋਏ ਚੈੱਕ ਕਰ ਸਕਦੇ ਹੋ ਗੱਡੀ ਦੇ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ। ਬਾਕੀ ਵਿੱਚੋਂ ਤੁਹਾਨੂੰ ਇੱਕ ਵਾਰੀ ਗੱਡੀ ਦੀ ਕੰਡੀਸ਼ਨ ਦਿਖਾ ਦਿੰਦਾ ਜੀ। ਲਓ ਜੀ, ਮਾਰੋ ਮੇਰੇ ਵੀਰ ਭਰਾ ਨਿਗਾ ਜੀ। ਇਹ ਵੀ ਕੀ ਤੇ ਸਟਾਰਟ ਹੈ ਜੀ, ਮੈਨੂਅਲ 'ਚ ਕਾਰ ਆ, ਮੈਟ ਵਿੱਚ ਲੱਗੇ ਹੋਏ ਆ, ਸੀਟਾਂ ਐਨ ਓਕੇ ਆ ਜੀ, ਬਲੂਟੁੱਥ ਪਲੇਅਰ ਇਹ 'ਚ ਲੱਗਾ ਹੋਇਆ ਜੀ। ਬਾਕੀ ਵਿੱਚੋਂ ਨਿਗਾਹ ਮਾਰ ਸਕਦੇ ਹੋ ਜੀ ਗੱਡੀ ਦੀ। ਅਲੋਏ ਤੁਹਾਡੇ ਸਾਹਮਣੇ, ਅਲੋਏ ਚੈੱਕ ਕਰ ਸਕਦੇ ਹੋ ਜੀ। ਬਾਕੀ ਫਰੰਟ ਤੋਂ ਇੱਕ ਵਾਰੀ ਲੁੱਕ ਦੇਖ ਲਓ ਗੱਡੀ ਦੀ ਜੀ। ਲਓ ਜੀ, ਮਾਰੋ ਮੇਰੇ ਵੀਰ ਭਰਾ ਨਿਗਾਹ ਜੀ। ਲਓ ਜੀ, ਅੱਗੇ ਫਿਰ ਆਪਣੇ ਕੋਲ ਆ ਗਈ ਹੈ ਜੀ ਵੈਨਿਊ। ਇਹ ਵੀ ਦੱਸਦੇ ਤੁਹਾਨੂੰ ਕਿਹੜਾ ਮਾਡਲ ਖੜਾ ਜੀ ਆਪਣੇ ਕੋਲ। ਆਪਣੇ ਕੋਲ ਆ ਗਿਆ ਜੀ 22 ਮਾਡਲ ਪੈਟਰੋਲ ਵਿੱਚ ਜੀ, 38,000 ਗੱਡੀ ਚੱਲੀ ਹੋਈ ਹੈ ਜੀ, 9-10 ਇਹਦਾ ਰੇਟ ਲੱਗਾ, ਸੀਟ ਕਵਰ 7D ਮੈਟ ਵਿੱਚ ਲੱਗੇ ਹੋਏ ਆ। ਬਾਕੀ ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦੇਵਾਂਗੇ ਜੀ ਗੱਡੀ। ਚੈੱਕ ਕਰ ਸਕਦੇ ਹੋ ਗੱਡੀ ਦੀ ਕੰਡੀਸ਼ਨ ਜੀ, ਵਿੱਚੋਂ ਕੀ ਤੇ ਸਟਾਰਟ ਆ, ਸੀਟ ਕਵਰ ਐਨ ਓਕੇ ਰਿਪੋਰਟ ਹੈ ਜੀ, ਬਾਕੀ ਮੈਟ ਲੱਗੇ ਹੋਏ ਆ ਜੀ, ਮੈਨੂਅਲ 'ਚ ਕਾਰ ਆਇਆਂ ਦੀ ਸਕਰੀਨ ਵਿੱਚ ਲੱਗੀ ਹੋਈ ਜੀ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਤੁਹਾਡੇ ਸਾਹਮਣੇ ਹੀ ਹੈ ਜੀ ਗੱਡੀ ਦੀ। ਬਾਕੀ ਟਾਇਰ ਵਗੈਰਾ ਚੈੱਕ ਕਰ ਲਓ ਜੀ। ਬਾਕੀ ਸਾਈਡ ਲੁੱਕ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਗੱਡੀ ਦੀ, ਦੇਖ ਸਕਦੇ ਹੋ। ਸੋ ਇਹੀ, ਸੋ ਪਹੁੰਚੋ ਇੱਕ ਵਾਰੀ ਜ਼ਰੂਰ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਜੀ। ਸੋ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਾਂਗੇ ਇੱਦਾਂ ਹੀ ਅਗਲੀ ਵੀਡੀਓ ਨਾਲ ਜੀ। ਕਮੈਂਟ ਕਰਕੇ ਦੱਸਿਓ ਸਾਡੀਆਂ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚਦੀਆਂ, ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਜੀ। ਚੰਗਾ ਜੀ, ਮਿਲਾਂਗੇ ਅਗਲੀ ਵੀਡੀਓ ਨਾਲ ਜੀ। ਸਤਿ ਸ਼੍ਰੀ ਅਕਾਲ।